ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਲਈ ਹੈਂਡਵਰਕ ਦੇ ਬਹੁਤ ਹੀ ਸੋਹਣੇ ਡਿਜ਼ਾਈਨ ਲੈ ਕੇ ਆਏ ਹਾਂ। ਸੋ ਬਹੁਤ ਹੀ ਘੱਟ ਰੇਟ 'ਤੇ ਹੈ ਜੀ, ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਲੈ ਸਕਦੇ ਹੋ। ਅਗਰ ਤੁਸੀਂ ਆਰਡਰ 'ਤੇ ਰੈਡੀ ਕਰਵਾਓਗੇ ਤਾਂ ਇਹ ਜਿਹੜੇ ਤੁਹਾਨੂੰ ਕੋਸਟਲੀ ਪੈਣਗੇ। ਸੋ ਅਗਰ ਐਜ਼ ਇਟ ਇਜ਼ ਲੈਣੇ ਹੈਗੇ ਹੋ ਤਾਂ ਤੁਸੀਂ ਇਹ ਬਹੁਤ ਹੀ ਘੱਟ ਰੇਟ 'ਤੇ, ਮਤਲਬ ਵੀ ਸਾਨੂੰ ਵੀ ਇਸ ਤੋਂ ਵੱਧ ਰੇਟ 'ਚ ਬਣੇ ਹੋਏ ਆ। ਸੋ ਇਹ ਆਫ ਸੀਜ਼ਨ ਦੇ ਬਣੇ ਹੋਏ ਪੀਸ ਆ। ਸੋ ਆਪਣੀ ਇਹ ਹੈਗਾ ਕਿ ਆਪਾਂ ਸਟੋਕ ਕਲੀਅਰ ਕਰਨਾ, ਤਾਂ ਆਪਾਂ ਤੁਹਾਨੂੰ ਥੋੜ੍ਹੇ ਥੋੜ੍ਹੇ ਸੂਟ ਦਿਖਾ ਰਹੇ ਹਾਂ, ਕਿਉਂਕਿ ਜ਼ਿਆਦਾ ਸੂਟਸ ਦੇ ਵਿੱਚ ਆਪਾਂ ਸਾਰੇ ਹੀ ਜਿਹੜੇ ਕਨਫਿਊਜ਼ ਹੋ ਜਾਂਦੇ ਹਾਂ। ਸੋ ਜਿਨ੍ਹਾਂ ਨੇ ਵੀ ਸੂਟ ਲੈਣਾ ਪਲੀਜ਼ ਉਹੀ ਹੋਲਡ ਕਰਵਾਉਣ, ਪੇਮੈਂਟ ਕਰਨ ਔਰ ਐਡਰੈਸ ਭੇਜਣ, ਤੁਹਾਡਾ ਵਿਦਨ 1 ਜਾਂ 2 ਡੇਜ਼ ਦੇ ਵਿੱਚ ਕੋਰੀਅਰ ਪਹੁੰਚ ਜੂਗਾ। ਸੋ ਸਟੱਫ, ਲੈਂਥ, ਘੇਰਾ, ਸੋ ਆਪਾਂ ਤੁਹਾਨੂੰ ਸਾਰਾ ਮੈਂਸ਼ਨ ਕਰਾਂਗੇ। ਪਲੀਜ਼ ਵੀਡੀਓ ਧਿਆਨ ਨਾਲ ਸੁਣਿਓ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਬਹੁਤੀ ਲੰਬੀ ਵੀਡੀਓ ਨਹੀਂ ਬਣਾਉਂਦੇ, ਤਾਂ ਤੁਸੀਂ ਪਲੀਜ਼ ਧਿਆਨ ਨਾਲ ਜ਼ਰੂਰ ਦੇਖਿਆ ਕਰੋ, ਕਿਉਂਕਿ ਇਹ ਜਿਹੜੇ ਸੂਟ ਦੀ ਹੈ ਜੀ, ਇਹ 24 ਘੇਰੇ ਦੇ ਵਿੱਚ ਜਿਹੜਾ ਇਹ ਸੂਟ ਬਣ ਜਾਏਗਾ ਗਲੇ ਦਾ, ਇਹਦਾ ਕੋਈ ਚੱਕਰ ਨਹੀਂ ਹੈਗਾ ਜੀ। ਘੇਰੇ ਦੀ ਮੇਨ ਪ੍ਰੋਬਲਮ ਹੈ, 22 ਘੇਰੇ 'ਚ ਵੀ ਤੁਸੀਂ ਬਣਾ ਸਕਦੇ ਹੋ। ਬਹੁਤ ਹੀ ਹੈਵੀ ਜਿਹੜਾ ਵਰਕ ਹੋਇਆ ਹੋਇਆ ਜੀ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਦੇਖਣ ਸੂਟ ਹੈਵੀ ਹੁੰਦਾ ਔਰ ਹਲਕਾ ਹੁੰਦਾ। ਸੋ ਕਈ ਸੂਟਾਂ ਦੇ ਵਿੱਚ ਜਿਵੇਂ ਦਬਕਾ ਵਰਕ ਜ਼ਿਆਦਾ ਹੁੰਦਾ, ਅਤੇ ਇਹ ਕਾਫੀ ਹੈਵੀ ਸੂਟ ਆ ਜੀ। ਸੋ ਤੁਸੀਂ ਦੇਖ ਸਕਦੇ ਹੋ ਫੁੱਲ ਘੇਰਾ ਬਣਿਆ ਹੋਇਆ ਜੀ, ਇਹ ਉੱਪਰ ਤੱਕ ਇਹਦੇ ਇਸ ਤਰ੍ਹਾਂ ਫਰੰਟ ਦੇ ਉੱਪਰ ਲਾਈਨਸ ਆਉਣੀਆਂ, ਇਹ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਹੈਵੀ ਆ ਇਹ ਇਸ ਤਰ੍ਹਾਂ। ਸੋ ਉੱਪਰ ਲਾਈਨਸ ਹੈ ਜੀ। ਸੋ ਇਹਦਾ ਜਿਹੜਾ ਸਟੱਫ ਹੈ ਜੀ, ਕ੍ਰਸ਼ ਟਿਸ਼ੂ ਹੈ, ਅਤੇ ਬਹੁਤ ਹੀ ਪਿਆਰਾ ਪੀਕੌਕ ਫਰੋਜ਼ੀ ਆ ਜਿਹੜਾ ਇਹ ਸ਼ੇਡ ਹੈ, ਜੋ ਐਗਜ਼ੈਕਟ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ। ਸੋ ਇਹਦੇ ਬਾਜੂ 'ਤੇ ਵੀ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ। ਸੋ ਇਹ 5 ਮੀਟਰ ਸੂਟ ਹੈ ਜੀ, 24 ਘੇਰਾ 22 ਵੀ ਬਣ ਜੂਗਾ। ਲੈਂਥ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ। ਔਰ ਉਹਦੀ ਪ੍ਰਾਈਜ਼ ਹੈਗੀ ਹੈ ਜੀ, ਇਹ ਸੂਟ ਦੀ ਜਿਹੜੀ ਪ੍ਰਾਈਜ਼ ਹੈਗੀ ਹੈ ਜੀ, ਉਹ ਹੈਗੀ ਹੈ 7500 ਜੀ, 7500 ਰੁਪਏ ਦਾ ਓਨਲੀ ਸੂਟ ਹੈ। ਸੋ ਦੁਪੱਟਾ ਰੈਡੀ ਕਰਵਾਉਣਾ ਜੀ ਇਹਦੇ ਨਾਲ, ਤੁਸੀਂ ਕੋਈ ਵੀ ਕਰਵਾ ਸਕਦੇ ਹੋ, ਤੁਸੀਂ ਸਾਨੂੰ ਵੀ ਔਡਰ ਕਰਕੇ ਕਹਿ ਸਕਦੇ ਹੋ, ਫਿਰ ਤੁਸੀਂ ਜੋ ਵੀ ਸਟੱਫ ਚੂਜ਼ ਕਰੋਗੇ ਦੁਪੱਟੇ ਦਾ, ਸੋ ਆਪਾਂ ਤੁਹਾਨੂੰ ਉਹੀ ਰੈਡੀ ਕਰਕੇ ਦੇਵਾਂਗੇ। ਸੋ ਇਹ 7500 ਦਾ ਸੂਟ ਹੈ ਜੀ। ਸੋ ਨੈਕਸਟ ਹੈਗਾ ਜੀ ਕੋਪਰ ਕਲਰ, ਕ੍ਰਸ਼ ਦੇ ਉੱਪਰ ਬਣਿਆ ਹੋਇਆ ਜੀ, ਇਹ ਹੈਗੀ ਆ 44 ਲੈਂਥ ਵੀ ਹੈ, 3 ਵੀ ਬਣ ਜਾਏਗੀ, ਕਿਉਂਕਿ ਜੇ ਉੱਪਰ ਗਲਾ, ਕਈ ਵਾਰ ਕੀ ਹੁੰਦਾ ਕਿ ਗਲਾ ਅਸੀਂ ਵੱਧ ਕੱਢਿਆ ਹੋਇਆ ਹੁੰਦਾ, ਤੁਹਾਡਾ ਗਲਾ ਛੋਟਾ ਹੁੰਦਾ, 3 ਅਤੇ 44 ਦੇ ਵਿੱਚ ਬਣ ਜਾਏਗਾ। ਔਰ ਇਹਦਾ ਜਿਹੜਾ ਘੇਰਾ ਹੈਗਾ ਜੀ, ਇਹ ਵੀ ਅਸੀਂ 24-25 ਦੇ ਅਕੋਰਡਿੰਗ ਆਰਾਮ ਨਾਲ ਬਣ ਜਾਏਗਾ। ਅਗਰ ਤੁਸੀਂ 22 ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ 22 ਦੇ ਵਿੱਚ ਪ੍ਰੋਪਰ ਜਿਹੜਾ ਇਹ ਡਿਜ਼ਾਈਨ ਆਊਗਾ। ਸੋ 24 ਦੇ ਵਿੱਚ ਆ ਜਿਹੜਾ ਸਾਈਡ ਤੋਂ ਵੀ ਆ ਜਾਂਦਾ ਹੈਗਾ ਫੁੱਲ, ਇਹ ਦੇਖੋ ਜੀ ਘੇਰਾ ਜਦੋਂ 24 ਹੈਗਾ, ਸੋ ਉਹਦੇ 'ਤੇ 22 ਦੇ ਵਿੱਚ ਵੀ ਬਣ ਜੂਗਾ ਇਹ। ਬਹੁਤ ਹੀ ਪਿਆਰਾ ਜਿਹਾ ਰਸ ਸ਼ੇਡ ਹੈ, ਕ੍ਰਸ਼ ਟਿਸ਼ੂ ਦਾ ਜਿਹੜਾ ਸੂਟ ਹੈ, ਅਤੇ ਤੁਸੀਂ ਦੇਖ ਸਕਦੇ ਹੋ। ਸਾਰੇ ਕਹਿ ਦਿੰਦੇ ਆ ਪਿਕਚਰਸ ਦਿਖਾਓ ਜੀ, ਸੋ ਮੈਨੂੰ ਲੱਗਦਾ ਅਗਰ ਤੁਸੀਂ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੋ ਤਾਂ ਆਪਾਂ ਇੱਕ ਇੱਕ ਚੀਜ਼ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਸ਼ੋਅ ਕਰਦੇ ਹਾਂ, ਇਸ ਤਰ੍ਹਾਂ ਇਹਦੇ ਵਿੱਚ ਥਰੈਡ ਲੱਗ ਕੇ ਪੂਰਾ ਫੁੱਲ ਜਿਹੜਾ ਹੈਵੀ ਸ਼ਰਟ ਬਣਿਆ ਹੋਇਆ ਜੀ। ਸੋ ਇਹਦੇ ਨਾਲ ਬੋਟਮ ਤੁਸੀਂ ਕਰੇਪ ਦੀ ਕਰ ਸਕਦੇ ਹੋ, ਅਗਰ ਤੁਸੀਂ ਸਾਨੂੰ ਕਹੋਗੇ ਤਾਂ ਉਹਦੇ ਚਾਰਜਿਸ ਆ ਜਿਹੜੇ ਅਲੱਗ ਹੋਣਗੇ ਜੀ। ਇਹ ਦੇਖ ਸਕਦੇ ਹੋ ਤੁਸੀਂ ਦੁਪੱਟ ਗਲੇ 'ਤੇ ਇਸ ਤਰ੍ਹਾਂ ਦੀ ਐਮਬਰਾਇਡਰੀ ਹੈ ਜੀ।
ਸੋ ਇਹ ਫੁੱਲ ਹੈਵੀ ਸੂਟ ਹੈ ਜੀ। ਇਹ 8500 ਦੀ ਓਨਲੀ ਸ਼ਰਟ ਹੈ ਜੀ, 8500 ਦਾ ਜੀ। ਸੋ ਇਹ ਕਰੇਪ ਸਟੱਫ ਦੇ ਵਿੱਚ ਹੈ ਜੀ, ਫਾਈਨ ਵਾਲੀ ਕਰੇਪ ਲੱਗੀ ਹੋਈ ਹੈ, ਬਹੁਤ ਹੀ ਹਲਕੀ ਵਾਲੀ, ਜੋ ਤੁਸੀਂ ਜਦੋਂ ਸਟਿਚ ਕਰਦੇ ਹੋ ਤਾਂ ਇਹਦੀ ਜਿਹੜੀ ਲੁੱਕ ਹੈਗੀ ਆ ਉਹ ਪਿਓਰ ਹੀ ਆਉਂਦੀ ਹੈ। ਸੋ ਇਹਦਾ ਜਿਹੜੀ ਇਹਦਾ ਪ੍ਰੋਪਰ ਗਲਾ ਬਣਿਆ ਹੋਇਆ ਜੀ, ਉਹ ਤੁਸੀਂ ਪਲੀਜ਼ ਧਿਆਨ ਨਾਲ ਦੇਖਿਓ। 43 ਦੇ ਵਿੱਚ ਇਹ ਜਿਹੜਾ ਸੂਟ ਬਣ ਜੂਗਾ, 44 ਵੀ ਹੋ ਜੂਗਾ, 43 ਵੀ ਹੋ ਜੂਗਾ। ਸੋ ਉੱਪਰੋਂ ਆਪਾਂ ਤੁਹਾਨੂੰ ਦੱਸਤਾ ਹੈਗਾ, ਔਰ ਇਹਦਾ ਜਿਹੜਾ ਘੇਰਾ ਇਹਦਾ ਵੀ 24 ਹੋਊਗਾ, 22 ਵੀ 22 ਤੱਕ ਵੀ ਆ ਜੂਗਾ ਔਰ 24 ਤੱਕ ਵੀ ਆ ਜੂਗਾ। ਸੋ ਇਹ ਹਾਂਜੀ 24 ਤੱਕ ਵੀ ਹੈ ਔਰ 22 ਵੀ ਬਣ ਜਾਏਗਾ। ਸੋ ਇਹ ਵੀ ਬਹੁਤ ਹੀ ਪਿਆਰਾ ਤਾਂ ਕਲਰ ਹੈ, ਇਹ ਅਨੀਅਨ ਸ਼ੇਡ ਜਿਹਾ ਤੁਸੀਂ ਕਹਿ ਸਕਦੇ ਹੋ, ਬਿਲਕੁਲ ਪਿਓਰ ਦਾ ਪੇਸਟਲ ਸ਼ੇਡ ਹੈ ਜੀ ਇਹ। ਬਿਲਕੁਲ ਤੁਹਾਨੂੰ ਬਿਲਕੁਲ ਨਹੀਂ ਲੱਗੇਗਾ ਕਿ ਸੈਮੀ ਦਾ ਸੂਟ ਹੈ ਜਾਂ ਫਾਈਨ ਕਰੇਪ ਹੈ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਉੱਪਰ ਤੱਕ ਇਹਦੀ ਗਲੇ ਦਾ ਪ੍ਰੋਪਰ ਵਰਕ ਹੈ, ਫੁੱਲ ਹੈਵੀ ਹੈ ਜਿਹੜਾ ਇਹ ਸੂਟ ਬਣਦਾ, ਇਹ ਦੇਖ ਸਕਦੇ ਹੋ ਤੁਸੀਂ। ਫੋਰ ਦੇ ਵਿੱਚ ਇਹਦੀ ਲੈਂਥ ਹੈ ਜੀ, 24 ਘੇਰੇ 22-24 ਤੱਕ ਤੁਸੀਂ ਇਹਨੂੰ ਬਣਾ ਸਕਦੇ ਹੋ। ਸੋ ਇਹਦੇ ਵਿੱਚ ਤੁਸੀਂ ਮਟੀਰੀਅਲ ਦੇਖੋ ਜੀ, ਬਹੁਤ ਹੀ ਡਿਫਰੈਂਟ ਜਿਹਾ ਮਟੀਰੀਅਲ ਇਹਦੇ ਵਿੱਚ ਲੱਗਿਆ ਹੋਇਆ ਇਸ ਤਰ੍ਹਾਂ ਜੀ। ਸੋ ਇਹਦੇ ਬਾਜੂ 'ਤੇ ਵੀ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਜੀ। ਸੋ ਬਹੁਤ ਹੀ ਪਿਆਰਾ ਜਿਹਾ ਬੇਜ ਅਨੀਅਨ ਜਿਹਾ ਕਲਰ ਹੈਗਾ, ਸੋ ਤੁਸੀਂ ਇਹ ਲੈ ਸਕਦੇ ਹੋ। 9000 ਦਾ ਜੀ ਫੁੱਲ ਸੂਟ ਹੈ ਜੀ ਇਹ, ਇਹਦੇ ਨਾਲ ਬੋਟਮ ਵੀ ਹੈ ਸ਼ਰਟ ਵੀ ਹੈ। ਸੋ ਪਲੀਜ਼ ਧਿਆਨ ਨਾਲ ਸੁਣਿਓ, ਹਰ ਇੱਕ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਰਹੇ ਹਾਂ। ਸੋ ਇਹ ਹੈਗਾ ਜੀ, ਇਹ ਪਿਓਰ 'ਤੇ ਹੈ ਸਟੱਫ, ਬਰਾਊਨ ਸ਼ੇਡ ਹੈ। ਸੋ ਪਿਓਰ ਦਾ ਹੈਗਾ ਜੀ, 43 ਇੰਚ ਇਹਦੀ ਲੈਂਥ ਬਣ ਜੂਗੀ, 1 ਇੰਚ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਸੂਟ ਦੇ ਵਿੱਚ ਮਾਰਜਨ ਹੁੰਦਾ ਹੀ ਹੈ। ਸੋ ਪਿਓਰ ਦਾ ਕਲਰ ਹੈ, ਬਹੁਤ ਹੀ ਪਿਆਰਾ ਜਿਹਾ ਮਾਊਸ ਸ਼ੇਡ ਹੈ, ਬਰਾਊਨ ਕਹਿ ਸਕਦੇ ਹੋ ਤੁਸੀਂ। ਇਹ ਦੇਖੋ ਜਿਹੜਾ ਐਗਜੈਕਟ ਸ਼ੇਡ ਤੁਹਾਨੂੰ ਦਿਖ ਰਿਹਾ ਸੇਮ ਸ਼ੇਡ ਹੈ ਜੀ। ਸੋ ਇਹਦੇ 'ਚ ਵਰਕ ਦੇਖੋ ਜੀ, ਫੁੱਲ ਹੈਵੀ ਗਲਾ ਇਹਦਾ ਅਤੇ ਫੁੱਲ ਹੈਵੀ ਇਹਦਾ ਘੇਰਾ ਬਣਿਆ ਹੋਇਆ ਹੈ ਦੇਖੋ ਜੀ। ਨਾਲ ਦਾ ਮੈਚਿੰਗ ਜਿਹਾ ਕਲਰ ਲਾ ਕੇ ਇਹਦੇ 'ਤੇ ਗੋਲਡਨ ਵਰਕ ਹੋਇਆ ਹੋਇਆ, ਸੋ ਇਹਦੇ ਤੁਸੀਂ ਲੁੱਕ ਦੇਖ ਸਕਦੇ ਹੋ। ਸੋ ਇਹ ਦੇਖੋ ਜੀ ਫੁੱਲ ਹੈਵੀ ਸੂਟ ਹੈ ਜੀ। ਸੋ ਇਹਦੇ ਬਾਜੂ 'ਤੇ ਵੀ ਵਰਕ ਹੈ ਜੀ, ਇਹ ਵੀ ਫੁੱਲ ਸੂਟ ਹੈ ਜੀ, 9500 ਦਾ ਫੁੱਲ ਸੂਟ ਹੈ ਜੀ। ਪਿਓਰ 'ਤੇ ਸੀ ਜੀ ਉਹ ਵੀ, ਇਹ ਵੀ ਪਿਓਰ 'ਤੇ ਹੈ ਜੀ। ਇਹ ਬਿਲਕੁਲ ਲਾਈਟ ਸ਼ੇਡ ਹੈ ਜੀ, ਥੋੜ੍ਹਾ ਜਿਹਾ ਬ੍ਰਾਈਟ ਆ ਰਿਹਾ, ਇਹ ਸ਼ੇਡ ਨਹੀਂ ਹੈਗਾ, ਬਿਲਕੁਲ ਲਵੈਂਡਰ ਆ ਜਿਹੜਾ ਲਾਈਟ ਸ਼ੇਡ ਆ, ਕੈਮਰੇ ਕਰਕੇ ਇਹ ਥੋੜ੍ਹਾ ਜਿਹਾ ਡਾਰਕ ਲੱਗ ਰਿਹਾ ਤੁਹਾਨੂੰ ਐਗਜੈਕਟ ਜਿਹੜਾ ਹੁਣ ਸ਼ੇਡ ਦਿਖ ਰਿਹਾ। ਸੋ ਫਿਰ ਵੀ ਡਾਰਕ ਆ ਰਿਹਾ ਜੀ ਇਹ,
ਇਹ ਦੇਖੋ ਜੀ, ਇਹਦੇ ਵਿੱਚ ਹੈਂਡ ਵਰਕ ਦਬਕਾ ਕਿੰਨਾ ਸਫਾਈ ਨਾਲ ਆਪਣਾ ਵਰਕ ਹੋਇਆ ਹੋਇਆ, ਔਰ ਬਹੁਤ ਹੀ ਚੱਕਣ ਦੇ ਵਿੱਚ ਹੈਵੀ ਹੈ। ਸੋ ਜਿਹਨੇ ਵੀ ਵਰੀ ਦੇ ਵਿੱਚ ਸੂਟ ਲਾਉਣੇ ਆ, ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹ ਸੂਟ ਹੈ। ਇਹ ਦੇਖੋ ਨੀਚੇ ਵਰਕ ਹੋਇਆ ਹੋਇਆ, ਉੱਪਰ ਹੋਇਆ ਹੋਇਆ, ਇਹਦਾ ਉੱਪਰ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਗਲੇ ਦੀ। ਸੋ ਨੀਚੇ ਆਪਾਂ ਤੁਹਾਨੂੰ ਘੇਰਾ ਦੱਸ ਦਿੰਦੇ ਹਾਂ, ਇਹਦਾ 23-24 ਦੇ ਵਿੱਚ ਇਹ ਘੇਰਾ ਬਣ ਜੂਗਾ ਜੀ। 22 'ਚ ਵੀ ਬਣ ਜੂਗਾ, 22 'ਚ ਐਗਜੈਕਟ ਬਣਦਾ, 24 'ਚ ਆਪਾਂ ਤੁਹਾਨੂੰ ਦੱਸਿਆ ਵੀ ਸਾਈਡਾਂ ਤੋਂ ਆਪਾਂ ਘੇਰਾ ਵਧਾਇਆ ਹੋਇਆ ਹੁੰਦਾ, ਸੋ 24 ਤੱਕ ਵੀ ਬਣ ਜਾਏਗਾ। ਸੋ ਇਹ ਫੁੱਲ ਸੂਟ ਹੈ ਜੀ। ਇਹ ਵੀ ਹੈਗਾ 9000 ਦਾ ਸੂਟ ਹੈ ਜੀ, ਸੋਰੀ 9500 ਦਾ ਸੂਟ ਹੈ। ਸੋ ਸਾਰਿਆਂ ਦੇ ਰੇਂਜ ਹੈ ਜੀ ਥੋੜ੍ਹੇ ਥੋੜ੍ਹੇ ਅਲੱਗ ਹੈ, ਸੋ ਤੁਸੀਂ ਵੀਡੀਓ ਧਿਆਨ ਨਾਲ ਦੇਖਣੀ ਹੈ ਔਰ ਆਪਣਾ ਸੂਟ ਹੈ ਜਿਹੜਾ ਬੁੱਕ ਕਰਨਾ। ਨੈਕਸਟ ਹੈਗਾ ਜੀ ਰੂਬੀ ਸ਼ੇਡ ਹੈ, ਬਹੁਤ ਹੀ ਪਿਆਰਾ, ਇਹ ਫਾਈਨ ਜਾਰਜਟ ਦੇ ਵਿੱਚ ਹੈ, ਫਾਈਨ ਸੋਰੀ ਕਰੇਪ ਦੇ ਵਿੱਚ ਹੈ। ਤੁਸੀਂ ਇਹ ਬਰਾਊਨ ਵਾਲਾ ਜਿਹੜਾ ਸੂਟ ਸੀਗਾ ਆਪਾਂ ਦਿਖਾਇਆ ਤੁਹਾਨੂੰ, ਉਹ ਸੇਮ ਡਿਜ਼ਾਈਨ ਹੈ ਜੀ ਇਹ। ਸੋ ਇਹਦੇ 'ਤੇ ਇਸ ਸੂਟ 'ਤੇ ਤੁਹਾਨੂੰ ਪਤਾ ਲੱਗਦਾ ਕਿ ਕਿੰਨਾ ਹੈਵੀ ਸੂਟ ਵਰਕ ਹੈ ਜੀ। ਸੋ ਤੁਸੀਂ ਇਹਨੂੰ ਉੱਪਰ ਤੱਕ ਫੁੱਲ ਹੈਵੀ ਜਿਹੜਾ ਸੂਟ ਹੈ ਜੀ ਇਹ ਦੇਖ ਸਕਦੇ ਹੋ। ਇਹਦਾ ਵਰਕ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੀ ਹਾਂ, ਸੋ ਇਹ ਵੀ ਜੀ ਜਿਹੜਾ ਹੋਊਗਾ ਲੈਂਥ, ਸੋ 43-44 ਹੋਊਗੀ ਇਹਦੀ ਵੀ, 43 ਹੈ ਜੀ, 42 ਵੀ ਬਣ ਜਾਏਗੀ, ਸੋ 43 ਵੀ ਬਣ ਜਾਏਗੀ। ਔਰ ਇਹਦਾ ਘੇਰਾ ਹੈਗਾ ਜੀ ਜਿਹੜਾ ਉਹੀ 23 ਘੇਰੇ ਦੇ ਵਿੱਚ ਬਣੂੰਗਾ ਜੀ, 23-24 ਵੀ ਬਣ ਸਕਦਾ, ਸੋ 23 ਐਗਜੈਕਟ ਆ ਰਿਹਾ, 23 ਘੇਰੇ ਦੇ ਅਕੋਰਡਿੰਗ ਤੁਸੀਂ ਇਹਨੂੰ ਲੈ ਸਕਦੇ ਹੋ। ਇਹਦੀ ਵੀ ਪ੍ਰਾਈਜ਼ ਹੈਗੀ ਹੈ ਜਿਹੜੀ 9000 ਦੀ ਹੈ। ਸੋ ਬਹੁਤ ਹੀ ਘੱਟ ਰੇਂਜ ਦੇ ਵਿੱਚ ਜੀ ਆਪਾਂ ਤੁਹਾਨੂੰ ਸੂਟਸ ਦਿਖਾਏ ਹੈਗੇ ਆ, ਸੋ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ। ਤੁਹਾਨੂੰ ਜੋ ਵੀ ਪਸੰਦ ਹੈ ਤੁਸੀਂ ਪਲੀਜ਼ ਪੁੱਛੋਗੇ, ਅਵੇਲੇਬਲ ਹੈ, ਆਪਾਂ ਤੁਹਾਨੂੰ ਦੱਸਾਂਗੇ। ਲੈਂਥ ਘੇਰਾ ਦੱਸਿਆ ਹੋਇਆ, ਤੁਹਾਨੂੰ ਦੁਪੱਟਾ ਵੀ ਪਤਾ ਵੀ ਕਿੰਨੇ 'ਚ ਪੈਂਦਾ ਜੀ, ਇੱਕ ਐਸਟੀਮੇਟ ਹੁੰਦਾ ਕਿ 2000-2500 ਦੇ ਵਿੱਚ ਜਿਵੇਂ ਵੀ ਤੁਸੀਂ ਬਣਾਉਣਾ ਹੈਗਾ 2000 ਦੇ ਵਿੱਚ ਬਣਦਾ, ਕਿਉਂਕਿ ਚਨੌਨ ਦਾ ਦੁਪੱਟਾ ਜੇ ਵਿਦ ਲੇਸਿਸ ਬਣਾਉਣੇ ਆ, ਸੋ ਉਹਦਾ ਤੁਸੀਂ ਪਲੀਜ਼ ਵਾਰੀ ਵਾਰੀ ਨਾ ਪੁੱਛਿਆ ਕਰੋ। ਸੂਟ ਤੁਹਾਨੂੰ ਪਸੰਦ ਆ ਤੁਸੀਂ ਸੂਟ ਹੋਲਡ ਕਰਵਾ ਸਕਦੇ ਹੋ, ਅਗਰ ਦੁਪੱਟਾ ਤੁਸੀਂ ਨਹੀਂ ਲੈਣਾ ਤਾਂ ਓਨਲੀ ਸੂਟ ਤੁਸੀਂ ਲੈ ਸਕਦੇ ਹੋ, ਓਨਲੀ ਸ਼ਰਟ ਲੈ ਸਕਦੇ ਜਿਵੇਂ ਵੀ ਆਪਾਂ ਤੁਹਾਨੂੰ ਦਿਖਾਇਆ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਵਾਲੇ ਸੂਟ ਜ਼ਰੂਰ ਪਸੰਦ ਆਏ ਹੋਣਗੇ। ਪਿਛਲੇ ਜਿਹੜੇ ਸਾਰੇ ਸੂਟ ਸੀ ਜੀ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਪਾਏ, ਉਹ ਸਾਰੇ ਸੋਲਡ ਆਊਟ ਹੈ। ਸੋ ਭੈਣਾਂ ਵਾਰ ਵਾਰ ਕਈ ਵਾਰ ਮੈਸੇਜ ਕਰਦੀਆਂ ਹੈਗੀਆਂ, ਸੋ ਉਹ ਸੋਲਡ ਆਊਟ ਆ ਜੀ, ਔਰਡਰ 'ਤੇ ਬਣ ਜਾਣਗੇ, ਪਰ ਔਰਡਰ 'ਤੇ ਜਿਹੜੀ ਪ੍ਰਾਈਜ਼ ਰੇਂਜ ਆ ਉਹ ਅਲੱਗ ਹੋਊਗੀ, ਇਹਨਾਂ ਦੀ ਵੀ ਸਾਰਿਆਂ ਦੀ ਪ੍ਰਾਈਜ਼ ਰੇਂਜ ਅਲੱਗ ਹੋਊਗੀ। ਸੋ ਮੈਂ ਉਮੀਦ ਕਰਦੀ ਹਾਂ ਤੁਸੀਂ ਵੀਡੀਓ ਧਿਆਨ ਨਾਲ ਵੇਖੋਗੇ, ਸਿਰਫ 10 ਮਿੰਟ ਦੀ ਆਪਣੀ ਵੀਡੀਓ ਹੁੰਦੀ ਹੈ, ਤੁਸੀਂ ਜੋ ਵੀ ਸੂਟ ਪਸੰਦ ਆ ਉਹਨਾਂ ਨੂੰ ਧਿਆਨ ਨਾਲ ਦੇਖ ਕੇ ਉਹਦਾ ਨਾਪ ਘੇਰਾ ਚੈੱਕ ਕਰਕੇ ਤੁਸੀਂ ਹੋਲਡ ਕਰਵਾ ਸਕਦੇ ਹੋ। ਸੋ ਜੀ ਇੰਨਾ ਸਾਰਾ ਪਿਆਰ ਦੇਣ ਲਈ, ਇੰਨਾ ਸਾਰਾ ਵਿਸ਼ਵਾਸ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਬਹੁਤ ਸਾਰੀਆਂ ਭੈਣਾਂ ਦੇ ਜਿਹੜੇ ਕਾਫੀ ਆਪਾਂ ਕਿਉਂਕਿ ਸੇਲਸ ਦੇ ਵਿੱਚ ਉਲਝੇ ਹੋਏ ਹਾਂ, ਬਹੁਤ ਸਾਰੇ ਸੂਟਸ ਜਾਣੇ ਸੀ ਜੀ,
ਅਤੇ ਕਈ ਆਰਡਰ ਆ ਜਿਹੜੇ ਨਹੀਂ ਗਏ ਹੈਗੇ, ਕੁਛ ਬਾਰਿਸ਼ ਦੀ ਵਜ੍ਹਾ ਨਾਲ ਵੀ ਜਿਹੜੇ ਆਰਡਰ ਆ ਡਿਸਪੈਚ ਨਹੀਂ ਹੋਏ ਹੈਗੇ। ਸੋ ਸਾਰਿਆਂ ਨੂੰ ਮੈਂ ਕਹਿੰਦੀ ਕਿ ਇਹੋ ਜਿਹੀ ਕੋਈ ਗੱਲ ਨਹੀਂ, ਤੁਹਾਡੇ ਜਿਨ੍ਹਾਂ ਨੇ ਵੀ ਪੇਮੈਂਟ ਕੀਤੀ ਉਹ ਨੋਟ ਹੈ, ਆਪਾਂ ਤੁਹਾਨੂੰ ਜਲਦ ਤੋਂ ਜਲਦ ਆ ਜਿਹੜੇ ਕੋਰੀਅਰ ਕਰਾਂਗੇ। ਸੋ ਉਹ ਭਾਅ ਜੀ ਤੁਹਾਨੂੰ ਅੱਜ ਦੇ ਸੂਟ ਜ਼ਰੂਰ ਪਸੰਦ ਆਏ ਹੋਣਗੇ। ਸੋ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।